ਸਤਿ ਸ਼੍ਰੀ ਅਕਾਲ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਹੋ ਤੁਸੀਂ, ਮੈਂ ਤੁਹਾਡੇ ਨਾਲ ਹਰਮਨ ਕੁਲਾਰ। ਭਾਈ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਜਿਸ ਗੱਲ ਦਾ ਬੇਸਬਰੀ ਨਾਲ ਸਿੱਖ ਸੰਗਤਾਂ ਨੂੰ ਇੰਤਜ਼ਾਰ ਸੀ, ਉਹ ਵੇਲਾ ਅੱਜ ਆਇਆ ਹੋਇਆ। ਭਾਈ ਅੰਮ੍ਰਿਤਪਾਲ ਸਿੰਘ ਜੇਲ੍ਹ ਤੋਂ ਸਖ਼ਤ ਸੁਰੱਖਿਆ ਦੇ ਹੇਠ ਬਾਹਰ ਆਏ ਨੇ ਅਤੇ ਉਹਨਾਂ ਦੇ ਵੱਲੋਂ ਸਪੀਕਰ ਦੇ ਚੈਂਬਰ ਦੇ ਵਿੱਚ ਬਤੌਰ ਖਡੂਰ ਸਾਹਿਬ ਤੋਂ ਸਾਂਸਦ ਦੇ ਵਜੋਂ ਸਹੁੰ ਚੁੱਕੀ ਗਈ ਹੈ। ਤਾਂ ਜਿਸ ਚੀਜ਼ ਦਾ ਬੇਸਬਰੀ ਨਾਲ ਸਭ ਨੂੰ ਇੰਤਜ਼ਾਰ ਸੀ, ਨਿਗਾਹਾਂ ਸਭ ਦੀਆਂ ਜਿੱਥੇ ਟਿਕੀਆਂ ਹੋਈਆਂ ਸੀ, ਉਹ ਵੇਲਾ ਅੱਜ ਆਇਆ ਹੋਇਆ। ਸਿੱਖ ਜਗਤ ਦੇ ਵਿੱਚ ਕਾਫੀ ਜ਼ਿਆਦਾ ਖੁਸ਼ੀ ਦੀ ਲਹਿਰ ਦੌੜ ਗਈ ਹੈ। ਤੁਸੀਂ ਵੇਖ ਸਕਦੇ ਹੋ, ਅਸੀਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਕਿ ਜਗ੍ਹਾ ਜਗ੍ਹਾ 'ਤੇ ਇਸ ਨੂੰ ਲੈ ਕੇ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਗੁਰੂ ਘਰਾਂ ਦੇ ਵਿੱਚ, ਅਤੇ ਨਾਲ ਹੀ ਸਿੱਖ ਲੋਕਾਂ ਦੇ ਵੱਲੋਂ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਉਹ ਹੀ ਭਾਈ ਅੰਮ੍ਰਿਤਪਾਲ ਸਿੰਘ ਨੇ ਜਿਨ੍ਹਾਂ ਨੇ ਜਿਹੜੀ ਹੈ ਖਾਲਸਾ ਵਹੀਰ ਚਲਾਈ ਸੀ, ਅੰਮ੍ਰਿਤ ਦੀ ਲਹਿਰ ਚਲਾਈ ਸੀ, ਜਿਸ ਦੇ ਤਹਿਤ ਬਹੁਤ ਸਾਰੇ ਨਸ਼ੇ ਦੇ ਵਿੱਚ ਗਲਤਾਨ ਜਿਹੜੇ ਨੌਜਵਾਨ ਨੇ ਉਹਨਾਂ ਨੇ ਕਿਨਾਰਾ ਕੀਤਾ ਨਸ਼ੇ ਤੋਂ, ਅਤੇ ਉਹ ਗੁਰੂ ਦਾ ਬਾਣਾ ਪਾ ਕੇ ਗੁਰੂ ਦੇ ਸਿੰਘ ਸਜੇ। ਤਾਂ ਵੱਡੀ ਗੱਲ ਹੈ, ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ, ਇੱਕ ਲਹਿਰ ਦੀ ਅਗਵਾਈ ਹੇਠ ਬਹੁਤ ਸਾਰੇ ਨੌਜਵਾਨਾਂ ਨੇ ਸਹੀ ਰਸਤਾ ਚੁਣਿਆ। ਤਾਂ ਉਸ ਤੋਂ ਬਾਅਦ ਜਿਹੜੀ ਭਾਈ ਅੰਮ੍ਰਿਤਪਾਲ ਸਿੰਘ ਦੀ ਇਮੇਜ ਸੀ, ਉਹ ਧਾਰਮਿਕ ਸ਼ਖਸੀਅਤਾਂ ਦੀ ਨਿਗਾਹਾਂ ਦੇ ਵਿੱਚ ਜੋ ਬਣੀ, ਉਹ ਉਸ ਤੋਂ ਸਾਰੇ ਅਸੀਂ ਭਲੀ ਭਾਂਤੀ ਜਾਣਵੀ ਹਾਂ। ਤਾਂ ਵੱਡੀ ਗੱਲ ਹੈ, ਉਹਨਾਂ ਦੇ ਵੱਲੋਂ ਖਡੂਰ ਸਾਹਿਬ ਤੋਂ ਜਿਹੜੀ ਹੈ ਵੱਡੇ ਮਾਰਜਨ ਦੇ ਨਾਲ ਜਿੱਤ ਵੀ ਹਾਸਲ ਕੀਤੀ ਗਈ। ਲੋਕਾਂ ਨੇ ਉਹਨਾਂ ਨੂੰ ਬੇਹੱਦ ਪਸੰਦ ਕੀਤਾ। ਸੋ ਜਿਹੜੀ ਜਨਤਾ ਦੀ ਆਵਾਜ਼ ਹੁੰਦੀ ਹੈ, ਉਸਨੂੰ ਕੋਈ ਨਹੀਂ ਦਬਾ ਸਕਦਾ ਹੁੰਦਾ। ਸੋ ਉਹਨਾਂ ਦੇ ਫਿਲਹਾਲ NSA ਨੂੰ ਲੈ ਕੇ ਜਿਹੜੇ ਨੇ ਬੜੇ ਬੜੇ ਸਵਾਲ ਖੜ੍ਹੇ ਹੋ ਰਹੇ ਨੇ, ਕਿਉਂਕਿ NSA ਨੂੰ ਖਤਮ ਕਰਨ ਜਾਂ ਘਟਾਉਣ ਦੀਆਂ ਗੱਲਬਾਤ ਜਿਹੜੀ ਹੈ ਉਹ ਚੱਲ ਤਾਂ ਰਹੀ ਸੀ, ਪਰ NSA ਦੇ ਵਿੱਚ ਵਾਧਾ ਕਰ ਦਿੱਤਾ ਗਿਆ ਉਹਨਾਂ ਦੇ ਵੀ ਅਤੇ ਉਹਨਾਂ ਦੇ ਸਾਥੀਆਂ ਦੇ ਵੀ। ਪਰ ਇਹ ਜਿਹੜੀ ਕਹਿ ਸਕਦੇ ਹਾਂ ਕਿ ਠੰਡੀਆਂ ਹਵਾਵਾਂ ਕੁਝ ਕੁ ਆਈਆਂ ਨੇ, ਜਿਹੜੇ ਉਹ ਜੇਲ੍ਹ ਤੋਂ ਟੈਂਪਰੇਰੀ ਤੌਰ 'ਤੇ ਹੀ ਸਹੀ ਪਰ ਬਾਹਰ ਆਏ ਨੇ, ਕਿਉਂਕਿ ਸੈਕਸ਼ਨ 15 ਦੇ ਅਕੋਰਡਿੰਗਲੀ ਟੈਂਪਰੇਰੀ ਤੌਰ 'ਤੇ ਜਿਹੜੀ ਪੈਰੋਲ ਮਿਲੀ ਹੈ, ਤਾਂ ਉਹਨਾਂ ਨੂੰ ਮੌਕਾ ਤਾਂ ਮਿਲਿਆ ਆਪਣੇ ਮਾਪਿਆਂ ਨੂੰ ਮਿਲਣ ਦਾ, ਜਿਸ ਚੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਸੀ, ਜਿੱਥੇ ਸਿੱਖ ਸੰਗਤਾਂ ਦੇ ਵਿੱਚ ਇੰਤਜ਼ਾਰ ਸੀ, ਉੱਥੇ ਹੀ ਮਾਪਿਆਂ ਨੂੰ ਵੀ ਸੀ, ਕਿਉਂਕਿ ਕਾਫੀ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਜਾਂਦੇ ਸੀ, ਮੁਲਾਕਾਤ ਕਰਦੇ ਸੀ, ਪਰ ਹੁਣ ਉਹ ਵੇਲਾ ਆ ਚੁੱਕਿਆ ਹੈ ਜਿਹੜੇ ਮਾਪੇ ਨੇ ਉਹ ਵੀ ਹੁਣ ਮਿਲ ਸਕਣਗੇ, ਪਰ ਉਹਨਾਂ ਦੀ ਮਾਤਾ ਨਹੀਂ ਮਿਲ ਪਾਉਣਗੇ। ਤਾਂ ਉਹ ਜੱਲੂਖੇੜਾ ਵਿਖੇ ਮੌਜੂਦ ਨੇ ਅਤੇ ਉਹਨਾਂ ਦੇ ਵੱਲੋਂ ਗੁਰੂ ਘਰ ਦੇ ਵਿੱਚ ਜਿੱਥੇ ਅਰਦਾਸ ਕੀਤੀ ਗਈ, ਉੱਥੇ ਹੀ ਸਹੁੰ ਚੁੱਕਣ ਨੂੰ ਲੈ ਕੇ ਵੀ ਉਹਨਾਂ ਦੇ ਵੱਲੋਂ ਗੱਲਬਾਤ ਸਾਂਝੀ ਕੀਤੀ ਗਈ ਹੈ। ਐਕਸਕਲੂਸਿਵ ਡੇਲੀ ਪੋਸਟ ਦੇ ਨਾਲ ਗੱਲਬਾਤ ਅਸੀਂ ਤੁਹਾਡੇ ਨਾਲ ਜ਼ਰੂਰ ਕੁਝ ਕੁ ਦੇਰ ਦੇ ਵਿੱਚ ਸਾਂਝੀ ਕਰਾਂਗੇ। ਗੱਲਬਾਤ ਕੀਤੀ ਜਾ ਰਹੀ ਹੈ, ਪਰ ਫਿਲਹਾਲ ਜਿਹੜੀ ਇਹ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਸਹੁੰ ਚੁੱਕਣ ਤੋਂ ਬਾਅਦ ਹੁਣ ਅੰਮ੍ਰਿਤਪਾਲ ਜਿਹੜੇ ਆਪਣੇ ਮਾਪਿਆਂ ਨਾਲ ਮੁਲਾਕਾਤ ਕਰਨ ਲਈ ਜਾ ਰਹੇ ਨੇ। ਇਹ ਕਿਸੇ ਵੀ ਖੁਸ਼ਖਬਰੀ ਕਹਿ ਲਓ ਜਾਂ ਫਿਰ ਇੱਕ ਸਿੱਖ ਜਗਤ ਦੇ ਵਿੱਚ ਇੱਕ ਜਿੱਤ ਦਾ ਪ੍ਰਗਟਾਵਾ ਕਹਿ ਲਓ, ਉਹ ਤੋਂ ਘੱਟ ਨਹੀਂ ਹੈ, ਜਿੱਤ ਦੇ ਨਿਸ਼ਾਨ ਨੇ। ਅਤੇ ਇਸ ਦਾ ਪ੍ਰਗਟਾਵਾ ਇੱਕ ਹੋਰ ਸ਼ਖਸ ਨੇ ਵੀ ਕੀਤਾ ਸੀ, ਫਰੀਦਕੋਟ ਤੋਂ ਜਿਹੜੇ ਬਤੌਰ ਸਾਂਸਦ ਵਜੋਂ ਜਿੱਤੇ ਨੇ, ਸਰਬਜੀਤ ਖਾਲਸਾ, ਇਹਨਾਂ ਨੂੰ ਕੌਣ ਨਹੀਂ ਜਾਣਦਾ। ਸੋ ਜਿਨ੍ਹਾਂ ਨੇ ਫਤਿਹ ਬੁਲਾਉਂਦੇ ਹੋਏ ਸੰਸਦ ਦੇ ਵਿੱਚ ਸਹੁੰ ਚੁੱਕੀ ਸੀ ਸੰਵਿਧਾਨ ਦੀ, ਤਾਂ ਉਹਨਾਂ ਦੇ ਵੱਲੋਂ ਇਹ ਗੱਲ ਵੀ ਆਖੀ ਗਈ ਹੈ ਕਿ ਹਜੇ ਤਾਂ ਸ਼ੁਰੂਆਤ ਹੈ, ਹਜੇ ਤਾਂ ਜਿਹੜਾ ਹੈ ਪੈਰੋਲ ਦਵਾਈ ਗਈ ਹੈ, ਹੌਲੀ ਹੌਲੀ ਜਿਹੜਾ NSA ਹੈ ਉਸ 'ਤੇ ਵੀ ਜਿਹੜਾ ਕਾਬੂ ਪਾ ਲਿੱਤਾ ਜਾਵੇਗਾ, ਖਤਮ ਕਰਵਾਇਆ ਜਾਵੇਗਾ, ਉਸ ਦੇ ਲਈ ਵੀ ਜਿਹੜੀ ਹੈ ਉਹ ਕਾਰਜੋਈ ਕੀਤੀ ਜਾਵੇਗੀ। ਤਾਂ ਉਹਨਾਂ ਨੇ ਇੱਕ ਵੱਡਾ ਦਾਅਵਾ ਕੀਤਾ ਕਿ ਹੁਣ NSA ਜਿਹੜਾ ਕੋਈ ਗੱਲ ਨਹੀਂ, ਉਸਨੂੰ ਵੀ ਜਲਦੀ ਹੀ ਖਤਮ ਕਰਾਵਾਂਗੇ ਅਤੇ ਭਾਈ ਸਾਹਿਬ ਨੂੰ
ਪੱਕੇ ਤੌਰ ਤੇ ਬਾਹਰ ਲਿਆਵਾਂਗੇ ਕਿ ਉਹਨਾਂ ਨੇ ਵੀ ਹੁਣ ਜਿੱਤ ਹਾਸਲ ਕੀਤੀ ਹੋਈ ਹੈ, ਫਰੀਦਕੋਟ ਤੋਂ ਬਤੌਰ ਸਾਂਸਦ ਦੇ ਵਜੋਂ ਉਹਨਾਂ ਨੇ ਵੀ ਸਹੁੰ ਚੁੱਕੀ ਹੈ। ਤਾਂ ਹੁਣ ਜਿਹੜੇ ਵੀ ਸਿੱਖ ਸ਼ਖਸੀਅਤਾਂ ਨੇ ਵੱਡੇ ਵੱਡੇ ਅਹੁਦੇ ਹਾਸਲ ਕਰ ਲਏ ਨੇ, ਤਾਂ ਇਹ ਕਿਹਾ ਜਾ ਸਕਦਾ ਕਿਤੇ ਨਾ ਕਿਤੇ ਜਿਹੜੇ ਪੰਥਕ ਮੁੱਦੇ ਨੇ ਉਹ ਹੱਲ ਜ਼ਰੂਰ ਹੋਣਗੇ ਜੋ ਲੰਬੇ ਸਮੇਂ ਤੋਂ ਲਟਕਦੇ ਨਜ਼ਰ ਆ ਰਹੇ ਨੇ। ਫਿਲਹਾਲ ਇੱਕ ਪਾਸੇ ਜਿੱਥੇ ਦਿੱਲੀ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ, ਜਿੱਥੇ ਭਾਈ ਅੰਮ੍ਰਿਤਪਾਲ ਦੇ ਜਿਹੜੇ ਪਿਤਾ ਨੇ ਉਹ ਮੁਲਾਕਾਤ ਕਰਨ ਦੇ ਲਈ ਜਾ ਰਹੇ ਨੇ ਕੁਝ ਕੁ ਦੇਰ ਦੇ ਵਿੱਚ, ਇਹ ਕਹਿ ਸਕਦੇ ਹਾਂ ਕਿ ਉਹ ਮੁਲਾਕਾਤ ਕਰਨਗੇ ਕਿਉਂਕਿ ਇਹ ਹਦਾਇਤਾਂ ਨੇ ਕਿ ਉਹ ਫੋਟੋ ਨਹੀਂ ਖਿੱਚ ਸਕਦੇ। ਇਸ ਕਰਕੇ ਤੁਹਾਡੇ ਨਾਲ ਅਸੀਂ ਮਾਫੀ ਚਾਹੁੰਦੇ ਹਾਂ, ਅਸੀਂ ਇਹ ਜਿਹੜੀਆਂ ਤਸਵੀਰਾਂ ਨੇ ਤੁਹਾਡੇ ਨਾਲ ਸਾਂਝੀਆਂ ਨਹੀਂ ਕਰ ਪਾਵਾਂਗੇ, ਮੀਡੀਆ ਨੂੰ ਥੋੜ੍ਹੀ ਜਿਹੀ ਦੂਰੀ ਬਣਾਉਣ ਦੇ ਲਈ ਕਿਹਾ ਹੋਇਆ, ਸੋ ਫੋਟੋ ਨਹੀਂ ਲੈ ਪਾ ਸਕਦੇ। ਅਤੇ ਦੂਸਰੀ ਗੱਲ ਹੈ, ਬਿਆਨ ਨਹੀਂ ਦੇ ਸਕਦੇ, ਨਾ ਹੀ ਅਸੀਂ ਤੁਹਾਨੂੰ ਗੱਲਬਾਤ ਹੋਈ, ਮੁਲਾਕਾਤ ਹੋਈ ਵਿਖਾ ਪਾਵਾਂਗੇ। ਪਰ ਇਹ ਬਹੁਤ ਵੱਡੀ ਜਾਣਕਾਰੀ ਹੈ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਸਹੁੰ ਚੁੱਕ ਲਈ ਗਈ ਹੈ। ਇਹ ਕਿਸੇ ਵੀ ਕਹਿ ਸਕਦੇ ਹਾਂ ਵੱਡੀ ਖੁਸ਼ਖਬਰੀ ਤੋਂ ਘੱਟ ਨਹੀਂ ਹੈ ਅਤੇ ਬੜੀ ਗੱਲ ਹੈ। ਪਰ ਇਸ 'ਤੇ ਹੁਣ ਉਹਨਾਂ ਦੇ ਮਾਪੇ ਉਹਨਾਂ ਬਾਰੇ ਕੀ ਸੋਚਦੇ ਨੇ, ਕਿਉਂਕਿ ਲੰਬੇ ਸਮੇਂ ਤੋਂ ਇਹ ਲੜਾਈ ਚੱਲੀ ਆ ਰਹੀ ਸੀ। ਇਸ ਦੇ ਤਹਿਤ ਉਹਨਾਂ ਦੀ ਮਾਤਾ ਦੇ ਵੱਲੋਂ ਭੁੱਖ ਹੜਤਾਲ ਵੀ ਕੀਤੀ ਗਈ ਸੀ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ, ਅਤੇ ਹੁਣ ਡੇਲੀ ਪੋਸਟ ਦੀ ਟੀਮ ਹੈ ਜਿਹੜੀ ਉਹਨਾਂ ਦੇ ਘਰ ਪਹੁੰਚੀ ਹੋਈ ਹੈ। ਸੋ ਇੱਕ ਪਾਸੇ ਜਿੱਥੇ ਅਸੀਂ ਮੀਡੀਆ ਜਿਹੜਾ ਆਪਣਾ ਰੋਲ ਅਦਾ ਕਰ ਸਕਦਾ, ਉੱਥੇ ਉਹ ਆਪਣਾ ਰੋਲ ਬਖੂਬੀ ਅਦਾ ਕਰ ਰਿਹਾ ਹੈ। ਸਾਡੇ ਪੱਤਰਕਾਰ ਪਹੁੰਚੇ ਹੋਏ ਨੇ, ਕੁਝ ਕੁ ਦੇਰ ਦੇ ਵਿੱਚ ਉਹਨਾਂ ਦੀ ਗੱਲਬਾਤ ਜਿਹੜੀ ਸਾਂਝੀ ਹੋਈ ਹੈ ਸਹੁੰ ਚੁੱਕਣ ਨੂੰ ਲੈ ਕੇ, ਜਾਂ ਆਉਣ ਵਾਲੀ ਜਿਹੜੀ ਉਹਨਾਂ ਨੇ ਹੁਣ ਪਲੈਨਿੰਗ ਕੀਤੀ ਹੈ ਬਤੌਰ ਸਾਂਸਦ ਜਿੱਤਣ ਤੋਂ ਬਾਅਦ, ਉਹ ਕਿਸ ਤਰੀਕੇ ਦੇ ਨਾਲ ਅਮਲੀ ਜਾਮਾ ਪਹਿਨਾਉਣਗੇ ਆਪਣੀ ਪਲੈਨਿੰਗ ਨੂੰ, ਜਾਂ ਪੰਜਾਬ ਦੀ ਨੌਜਵਾਨੀ ਦੇ ਲਈ ਉਹਨਾਂ ਨੇ ਕੀ ਅਗਲੇ ਪਲੈਨ ਮਿੱਥੇ ਹੋਏ ਨੇ, ਉਹ ਕੁਝ ਕੁ ਦੇਰ ਦੇ ਵਿੱਚ ਸਾਹਮਣੇ ਆਵੇਗਾ। ਪਰ ਉਹਨਾਂ ਦੀ ਮਾਤਾ ਦੀ ਖੁਸ਼ੀ ਹੈ ਜਿਹੜੀ ਉਹ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ। ਅਤੇ ਦੂਸਰਾ, ਉਹਨਾਂ ਦੇ ਮਨ ਦੇ ਵਿੱਚ ਇਸ ਵਕਤ ਜਿਹੜੇ ਵਾਵ ਰੋਲੇ ਨੇ ਜਿਹੜੇ ਲੰਬੇ ਸਮੇਂ ਤੋਂ ਚੱਲਦੇ ਆ ਰਹੇ ਸੀ, ਅਤੇ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ, ਸੋ ਦੁੱਖ ਵੀ ਹੈ ਅਤੇ ਨਾਲ ਉਹ ਕਿਤੇ ਨਾ ਕਿਤੇ ਜਿਹੜੀ ਖੁਸ਼ੀ ਦੇ ਹੰਝੂ ਨੇ ਉਹ ਵੀ ਅੱਖਾਂ ਦੇ ਵਿੱਚੋਂ ਨਾਲ ਦੀ ਨਾਲ ਹੀ ਚੱਲ ਰਹੇ ਨੇ। ਸੋ ਦੋ ਚੀਜ਼ਾਂ ਦੀ ਫੀਲਿੰਗ ਇਸ ਵਕਤ ਜਿਹੜੀ ਹੈ ਉਹਨਾਂ ਦੇ ਮਾਤਾ ਦੇ ਚਿਹਰੇ 'ਤੇ ਵੇਖਣ ਨੂੰ ਮਿਲ ਰਹੀ ਹੈ। ਸੋ ਇੱਕ ਪਾਸੇ ਸਾਰਾ ਸਿੱਖ ਜਗਤ ਹੈ ਜਿਹੜਾ ਉਹਦੇ ਵਿੱਚ ਖੁਸ਼ੀ ਦੀ ਲਹਿਰ ਦੌੜੀ ਹੋਈ ਹੈ, ਵੱਖ ਵੱਖ ਜਗ੍ਹਾਵਾਂ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ, ਸਹੁੰ ਚੁੱਕਣ ਦੀ ਖੁਸ਼ੀ ਦੇ ਵਿੱਚ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ। ਸੋ NSA ਨੂੰ ਲੈ ਕੇ ਫਿਲਹਾਲ ਸਰਬਜੀਤ ਖਾਲਸਾ ਦੇ ਬਿਆਨ ਸਾਹਮਣੇ ਆਏ ਨੇ ਕਿ ਪਰਮਾਨੈਂਟ ਤੌਰ 'ਤੇ ਵੀ ਕਾਰਜੋਈ ਕੀਤੀ ਜਾਵੇਗੀ ਉਹਨਾਂ ਨੂੰ ਬਾਹਰ ਲਿਆਉਣ ਦੇ ਲਈ। ਸੋ ਹੁਣ ਰੁੱਖ ਕਰਦੇ ਹਾਂ, ਡੇਲੀ ਪੋਸਟ ਦੀ ਟੀਮ ਜਿਹੜੀ ਪਹੁੰਚੀ ਹੋਈ ਹੈ ਇਸ ਵਕਤ ਉਹਨਾਂ ਦੀ ਮਾਤਾ ਦੇ ਨਾਲ ਗੱਲਬਾਤ ਸਾਂਝੀ ਕੀਤੀ ਜਾ ਰਹੀ ਹੈ। ਅੰਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਮੁਖੀ ਬਤੌਰ MP ਵਜੋਂ ਅੱਜ ਦਿੱਲੀ ਵਿਖੇ ਸਹੁੰ ਚੁੱਕੀ ਹੈ। ਅੰਮ੍ਰਿਤਪਾਲ ਸਿੰਘ ਜੋ ਸਵੇਰੇ 4 ਵਜੇ ਅਸਾਮ ਦੀ ਦਿਬਰੂਗੜ੍ਹ ਜੇਲ੍ਹ ਤੋਂ ਦਿੱਲੀ ਵੱਲ ਰਵਾਨਾ ਹੋਏ ਸੀ, ਤਾਂ ਕਰੀਬ 12 ਵਜੇ ਉਹਨਾਂ ਨੇ ਸਹੁੰ ਚੁੱਕੀ ਹੈ। ਤਾਂ ਇਸ ਵੇਲੇ ਪਰਿਵਾਰ ਦਾ ਤੁਹਾਨੂੰ ਮਾਹੌਲ ਦਿਖਾ ਦਈਏ। ਇਸ ਵੇਲੇ ਅਸੀਂ ਅੰਮ੍ਰਿਤਪਾਲ ਦੇ ਜੱਦੀ ਘਰ ਦੇ ਵਿੱਚ ਮੌਜੂਦ ਹਾਂ, ਜਿੱਥੇ ਪਰਿਵਾਰਕ ਮੈਂਬਰ ਮੂੰਹ ਮਿੱਠਾ ਕਰਾਉਂਦੇ ਹੋਏ ਖੁਸ਼ੀ ਜਿਹੜੀ ਹੈ ਇਹ ਮਨਾ ਰਹੇ ਨੇ। ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਜੀ, ਹੁਣ ਮੂੰਹ ਮਿੱਠਾ ਹੋ ਰਿਹਾ ਕਿਉਂਕਿ ਜਿੰਨੀ ਮਿਹਨਤ ਸੀਗੀ, ਤੁਸੀਂ ਦਿਨ ਰਾਤ ਪ੍ਰਚਾਰ ਦੇ ਵੱਲ ਵਿਅਸਤ ਰਹੇ, ਬਾਪੂ ਜੀ ਵੱਖਰੇ ਪਾਸੇ ਰਹੇ, ਸੋ ਕਿੰਨਾ ਸਮਾਂ ਔਖਾ ਸੀਗਾ ਜਦੋਂ ਪੇਪਰ ਭਰੇ? ਤੁਸੀਂ ਕਿਹਾ ਨਾ ਹੁਣੇ ਗੱਲ ਕਰਦੇ ਪਏ ਸੀ, ਬਹੁਤ ਔਖਾ ਲੱਗਦਾ ਸੀਗਾ ਕਿ ਰੱਦ ਨਾ ਹੋ ਜਾਣੀਆਂ ਕੁਛ ਨਾ। ਪਹਿਲਾਂ ਤਾਂ ਅਸੀਂ ਉਦੋਂ ਹੀ ਗੁਰੂ ਮਹਾਰਾਜ ਦਾ ਵੋਟ ਆਸਰਾ ਲੈ ਕੇ ਚੱਲੇ, ਪਰ ਫਿਰ ਵੀ ਦੁਨਿਆਵੀ ਤੌਰ 'ਤੇ ਜਿੱਦਾਂ ਟੈਨਸ਼ਨਾਂ ਹੋਈ ਜਾਂਦੀਆਂ, ਪੇਪਰ ਭਰਨ ਦੀ ਟੈਨਸ਼ਨ, ਮੁੜ ਕੇ ਵੋਟਾਂ ਪੈਣ ਦੀ ਟੈਨਸ਼ਨ, ਫਿਰ ਆ ਲੋਕ ਆਖਣ ਗਿਣਤੀ 'ਚ ਉਹਨਾਂ ਨੇ ਹੇਰਾ ਫੇਰੀ ਕਰ ਲੈਣੀ ਆ, ਚੋਣ ਨਿਸ਼ਾਨ ਦੀ ਟੈਨਸ਼ਨ, ਬੜੀਆਂ ਟੈਨਸ਼ਨਾਂ ਸੀ। ਗੁਰੂ ਮਹਾਰਾਜ ਨੇ ਸਾਰੀਆਂ ਪਾਰ ਕੀਤੀਆਂ। ਅੱਜ ਫਿਰ ਜਦੋਂ 25 ਨੂੰ ਦੂਜਿਆਂ ਨੂੰ ਸਹੁੰ ਚੁਕਾਤੀ ਤੇ ਇਹਨਾਂ ਨੂੰ ਨਹੀਂ ਸਿਕਾਈ, ਇਹ ਵੀ ਬੜਾ ਸੰਗਤਾਂ 'ਚ ਰੋਸ ਸੀ। ਤੇ ਅੱਜ ਚਲੋ ਵਾਹਿਗੁਰੂ ਨੇ ਕਿਰਪਾ ਕੀਤੀ, ਅੱਜ ਉਹਨਾਂ ਨੇ ਸਹੁੰ ਚੁੱਕ ਲਈ, MP ਬਣ ਗਏ ਆ, ਤੇ ਬਹੁਤ ਹੀ ਸੰਗਤਾਂ 'ਚ ਅੱਜ ਖੁਸ਼ੀ ਹੈ। ਤੇ ਸਾਰੇ ਖਡੂਰ ਸਾਹਿਬ ਹਲਕੇ ਦੀਆਂ ਸੰਗਤਾਂ ਨੂੰ ਮੈਂ ਲੱਖ ਲੱਖ ਵਧਾਈ ਦਿੰਦੀ ਹਾਂ ਕਿ ਜਿਨ੍ਹਾਂ ਨੇ ਐਡੀ ਸਪੋਰਟ ਦੇ ਕੇ ਐਡੀ ਵੱਡੀ ਲੀਡ ਨਾਲ ਭਾਈ ਸਾਹਿਬ ਨੂੰ ਜਿਤਾਇਆ।
ਉਹਨਾਂ ਵੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ, ਕਿਉਂਕਿ ਇਹ ਜਿਹੜਾ MP ਬਣੇ ਸੰਗਤਾਂ ਦੀ ਜਿੱਤ ਆ, ਸੰਗਤਾਂ ਦੇ ਉਤਸ਼ਾਹ ਨਾਲ ਹੀ ਇਹ ਸਾਰਾ ਕੁਝ ਹੋਇਆ। ਪਹਿਲਾਂ ਇੱਕ ਵੱਡੀ ਜ਼ਿੰਮੇਵਾਰੀ ਸੀਗੀ ਵਾਰਿਸ ਪੰਜਾਬ ਦੇ ਮੁਖੀ, ਹੁਣ ਇੱਕ MP ਦੀ ਵੀ ਜ਼ਿੰਮੇਵਾਰੀ ਮਿਲੀ ਹੈ, ਤੇ ਅੱਜ ਮਾਂ ਦੀ ਖੁਸ਼ੀ ਕਿਹੋ ਜਿਹੀ ਹੈ? ਇੱਕ ਮਾਂ ਤੇ ਮਾਂ ਹੀ ਆਖਰ, ਚਾਹੇ ਉਹ ਕਿਸੇ ਦੀ ਵੀ ਮਾਂ ਹੋਵੇ। ਵੇਖੋ, ਮਾਂ ਨਾਲੋਂ ਪਹਿਲਾਂ ਤਾਂ ਸੰਗਤਾਂ ਨੂੰ ਜ਼ਿਆਦਾ ਖੁਸ਼ੀ ਹੈ, ਕਿਉਂਕਿ ਮੈਂ ਤਾਂ ਇੱਕ ਮਾਂ ਵਾਂ, ਮੈਨੂੰ ਤਾਂ ਹੈਗੀ, ਪਰ ਸੰਗਤਾਂ 'ਚ ਬਹੁਤ ਹੀ ਜ਼ਿਆਦਾ ਖੁਸ਼ੀ ਆ। ਜੇ ਨਹੀਂ ਸਮਝ ਕਾਈ ਤਾਂ ਸੰਗਤਾਂ 'ਚ ਬਹੁਤ ਜ਼ਿਆਦਾ ਰੋਸ ਵੀ ਸੀ, ਸੰਗਤਾਂ ਮੇਰੇ ਨਾਲੋਂ ਵੀ ਵੱਧ ਪਿਆਰ ਉਹਨੂੰ ਕਰਦੀਆਂ, ਅਤੇ ਇਸ ਕਰਕੇ ਮੇਰੇ ਨਾਲੋਂ ਜ਼ਿਆਦਾ ਜਿਹੜੀ ਸੰਗਤਾਂ ਨੂੰ ਖੁਸ਼ੀ, ਮੈਨੂੰ ਤਾਂ ਖੁਸ਼ੀ ਹੈ ਹੀ ਹੈ, ਚਲੋ ਮਾਂ ਹੋਣ ਦੇ ਨਾਤੇ, ਪਰ ਉਹ ਇੱਕ ਸਾਰੇ ਪੰਥ ਦਾ ਹੀ ਆ, ਮੇਰਾ ਇਕੱਲੀ ਦਾ ਨਹੀਂ ਹੈਗਾ, ਉਹ ਪੰਥ ਦਾ ਹੀ ਪੋਤਿਆ, ਅਤੇ ਸਾਰੇ ਪੰਥ ਨੂੰ ਵੀ ਬੜੀ ਖੁਸ਼ੀ। ਜਿੰਨਾ ਵਿਵਾਦਾਂ ਵਿੱਚ ਦੇਖੀ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਘੇਰਦੇ ਨੇ, ਉਨਾ ਹੀ ਉਹ ਕਿਤੇ ਨਿਖਰ ਕੇ ਬਾਹਰ ਆਉਂਦੇ ਆ, ਜਿਵੇਂ NSA ਲਾਤਾ, ਜੇਲ੍ਹ ਵਿੱਚ ਬੰਦ ਕਰਤਾ, ਫਿਰ ਉਸ ਤੋਂ ਬਾਅਦ ਅੰਦਰ ਬਹਿ ਕੇ ਪਲਾਨ ਬਣਿਆ ਕਿ ਨਈ ਇਲੈਕਸ਼ਨ ਲੜੀ ਜਾਵੇ, MP ਦੀ ਇਲੈਕਸ਼ਨ ਆ ਗਈ ਹੈ ਅਤੇ ਸੰਗਤਾਂ ਪਿਆਰ ਵੀ ਦੇਣਗੀਆਂ, ਔਰ ਬਹੁਤ ਵੱਡਾ ਜਿਹੜਾ ਫਤਵਾ ਸੰਗਤਾਂ ਨੇ ਦਿੱਤਾ, ਸੋ ਇਹਨੂੰ ਸਭ ਨੂੰ ਕਿਵੇਂ ਦੇਖ? ਵੇਖੋ, ਮੈਂ ਕਹਿੰਦੀ ਜਿਹਦੇ ਮਗਰ ਵਾਹਿਗੁਰੂ ਹੋਵੇ ਉਹਨਾਂ ਦੀ ਕਦੀ ਪਿੱਠ ਨਹੀਂ ਲੱਗ ਸਕਦੀ, ਕਿਉਂਕਿ ਉਹਦੇ 'ਤੇ ਵਾਹਿਗੁਰੂ ਦੀ ਬਖਸ਼ਿਸ਼ ਸੀ ਅਤੇ ਵਾਹਿਗੁਰੂ ਦਾ ਉਹਦੇ ਸਿਰ 'ਤੇ ਹੱਥ ਸੀ, ਅਤੇ ਉਹਨੇ ਹੀ ਵਿੱਧ ਬਣਾਈ ਸਾਰੀ, ਕਿਉਂਕਿ ਇਹਦੇ ਰਾਜਨੀਤੀ 'ਚ ਆਉਣਾ ਹੀ ਨਹੀਂ ਸੀ ਚਾਹੁੰਦੇ, ਅਤੇ ਸੰਗਤਾਂ ਦੀਆਂ ਅਰਦਾਸਾਂ ਸੀ, ਸੰਗਤਾਂ ਨੇ ਹੁਕਮ ਹੀ ਲਾਇਆ, ਬੇਨਤੀ ਵੀ ਕੀਤੀ, ਚਲੋ ਉਹਨਾਂ ਨੇ ਸਿਰ ਮੱਥੇ ਪ੍ਰਵਾਨ ਕੀਤੀ ਅਤੇ ਇਲੈਕਸ਼ਨ 'ਚ ਆਏ, ਅਤੇ ਸੰਗਤਾਂ ਨੇ ਬਹੁਤ ਹੀ ਉਤਸ਼ਾਹ ਨਾਲ ਵੋਟਾਂ ਪਾਈਆਂ, ਅਤੇ ਆਪ ਮਹਾਰੇ ਪ੍ਰਚਾਰ ਕਰਕੇ ਸੰਗਤਾਂ ਨੇ ਸਾਰਾ ਆਪਣਾ ਫਰਜ਼ ਸਮਝ ਕੇ, ਇੱਕ ਆਮ ਪਰਿਵਾਰ ਲਈ ਜਿਹੜੀ ਇਲੈਕਸ਼ਨ ਲੜਨੀ ਬਹੁਤ ਔਖੀ ਹੈ MP ਦੀ, ਇਹ ਸੰਗਤਾਂ ਨੇ ਸਾਰਾ ਕੁਝ ਕੀਤਾ, ਅਤੇ ਮੈਂ ਤਾਂ ਕਹਿੰਦੀ ਜਿਹੜੀ ਅੰਮ੍ਰਿਤਪਾਲ ਦੀ ਜਿੱਤ ਆ ਉਹ ਸੰਗਤਾਂ ਦੀ ਜਿੱਤੀ ਆ। ਕੈਮਰਾਮੈਨ ਸ਼ੁਭਮ ਦੇ ਨਾਲ ਹਰਮੀਤ ਸਿੰਘ, ਡੇਲੀ ਪੋਸਟ, ਅੰਮ੍ਰਿਤਸਰ।